ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। अब ये पब्लिक है, पब्लिक ये जो पब्लिक है ये सब जानती है, पब्लिक है। बिल्कुल डीसी साहब, ऐ पब्लिक है, सब कुछ जानती है। तुसी कलम दी आवाज़ बंद करन दी जड़ी कोशिश कीती है उस ते तुसी कामयाब नहीं होगे, क्योंकि सच तो मैं दसदा रहांगा ते वखांदा भी रहांगा। वो गल वखरी है कि हुण सच घरे बैठ के दिखाया जाएगा। तुसी मेरे घर एक टीम भेज दिती, मैनू 14 दिन वास्ते बंद कर दिता, पर इसका कोई साइंटिफिक रीज़न तुहाडे कोल नहीं है। मैं पूछया भी तो मैनू दस्या गया कि SDM साहब दे आर्डर है कि निखिल शर्मा दा घर 14 दिन वास्ते क्वारंटाइन कर दिता जाए, पर इस दी वजह की है? वजह जो मैनू दसी गई है वह वजह यह है कि जिस महिला नू करोना पॉजिटिव आया उस दे नाल मैं मिलदा गिलदा रहा है, जबकि उस महिला नू मैं आज तक देखिया भी नहीं। इस तो अलावा मैं एक लिस्ट तुहानू दित्ती सी, जिस लिस्ट दे विच बकायदा मैं अपनी मदर दा नाम भी लिखिया सी, क्योंकि जदों इस महिला ने इस इलाके दे विच लंगर सेवा कीती सी उस घर च कौन कौन गया सी, उस दे संभावित लोगों दी एक लिस्ट तुहानू दित्ती गई सी, पर पिछले 5 दिनों तो उस लिस्ट दे उत्ते कोई कार्रवाई नहीं हुई, एक फोन तक नहीं आया। पर जदों तुहाडी टीम दे एक तो बाद एक नाकामियां सामने आंदियां रहियां, जिसनू मैं सामने लियांदा रहा, उस दे बदले च तुसी जो कुछ कीता है पब्लिक तो लुकिया नहीं है, ते आने वाले समय च भी मैं तुहाडियां जिहड़ियां गलतियां वा वह सामने लैके आवांगा। इस दे नाल ही मैं भी कहना कि जेकर तुसी चंगा काम करोगे उन्हूं भी सामने लैके आवांगा, और मेरी हाथ जोड़ के बेनती है कि चंगे काम ही करो, क्योंकि लोगों नूं बचाण दा टाइम है। जे अपनियां गलतियां ते पर्दा पाणा है ते यह तरीका ठीक नहीं। ਪਹਿਲਾਂ ਤਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਅੱਜ ਦੈਨਿਕ ਮੇਲ ਪੰਜਾਬੀ TV ਦੇ ਚੀਫ ਐਡੀਟਰ ਦੇ ਘਰ ਪਹੁੰਚੀ ਟੀਮ ਨੇ ਕਿਸ ਤਰੀਕੇ ਨਾਲ ਕੀਤੀ ਕਾਰਵਾਈ, ਅਤੇ ਉਹਨਾਂ ਦੇ ਕੋਲ ਸਵਾਲਾਂ ਦੇ ਕੋਈ ਜਵਾਬ ਨਹੀਂ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦਾ ਕਿ ਜਿਹੜੀਆਂ ਮੈਂ ਪਹਿਲਾਂ 2 ਤਸਵੀਰਾਂ ਦਿਖਾਈਆਂ ਉਹ ਜਲੰਧਰ ਦੇ DC ਵਰਿੰਦਰ ਕੁਮਾਰ ਸ਼ਰਮਾ ਦੀ ਹੈ, ਅਤੇ ਦੂਸਰੀ ਤਸਵੀਰ ਗੁਰਪ੍ਰੀਤ ਸਿੰਘ ਭੁੱਲਰ ਦੀ ਹੈ ਜੋ ਕਿ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੇ। ਇਹ ਦੋਨਾਂ ਨੂੰ ਵੀ ਮੈਂ ਹੋਲੀ ਦੇ ਉੱਤੇ ਮਿਲਿਆ ਸੀ, ਅਤੇ ਜਲੰਧਰ 'ਚ ਜਿਹੜਾ ਕਾਰਿਕ੍ਰਮ ਹੈ ਜਿਸ ਦਿਨ ਇਹ ਮਹਿਲਾ ਇਸ ਇਲਾਕੇ 'ਚ ਆਈ ਸੀ ਉਹ ਵੀ ਹੋਲੀ 'ਤੇ ਹੀ ਆਈ ਸੀ, ਅਤੇ ਇਸ ਹਿਸਾਬ ਨਾਲ ਤਾਂ ਵੱਡੇ ਅਫਸਰਾਂ ਨੂੰ ਵੀ ਕੁਆਰੰਟਾਈਨ ਹੋਣਾ ਪੈ ਸਕਦਾ, ਕਿਉਂਕਿ ਸਾਵਧਾਨੀ ਦੇ ਵਿੱਚ ਹੀ ਸਭ ਦਾ ਭਲਾ ਹੈ। ਪਰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਸਾਇੰਸ ਦੇ ਤੌਰ ਦੇ ਉੱਤੇ ਇਹ ਕਰਨਾ ਠੀਕ ਹੈ ਜਾਂ ਗਲਤ, ਕਿਉਂਕਿ ਇਹ ਸਮਾਰੋਹ ਨੂੰ 14 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ, ਪਰ ਇਸ ਦੇ ਬਾਵਜੂਦ ਉਹ ਸਮਾਰੋਹ ਨੂੰ ਆਧਾਰ ਬਣਾ ਕੇ ਮੈਨੂੰ ਹੀ ਮੇਰੇ ਘਰ ਦੇ ਵਿੱਚ ਕੁਆਰੰਟਾਈਨ ਕਰ ਦਿੱਤਾ ਗਿਆ। ਪਰ ਇਸ ਦੀ ਵਜ੍ਹਾ ਜੇਕਰ ਲੋਕਾਂ ਦੀ ਸੁਰੱਖਿਆ ਹੈ ਤਾਂ ਇਸ ਲਈ DC ਸਾਹਿਬ ਅਤੇ ਕਮਿਸ਼ਨਰ ਸਾਹਿਬ ਸਮੇਤ ਕਈਆਂ ਨੂੰ ਕੁਆਰੰਟਾਈਨ ਕਰਨਾ ਪੈ ਸਕਦਾ ਹੈ। ਇਹ ਗੱਲ ਹੋਰ ਦੱਸ ਦਿੰਦਾ, ਇਹ ਗੱਲ ਜਿਸ ਆਸ਼ਰਮ ਤੋਂ ਸ਼ੁਰੂ ਹੋਈ ਸੀ ਉਹ ਆਸ਼ਰਮ ਹਜੇ ਵੀ ਖੁੱਲ੍ਹਾ ਹੈ, ਅਤੇ ਉੱਥੇ ਦੇ ਲੋਕਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਗਿਆ। ਪਤਾ ਨਹੀਂ DC ਸਾਹਿਬ ਕੀ ਚਾਹੁੰਦੇ ਨੇ, ਲੋਕਾਂ ਨੂੰ ਠੀਕ ਦੇਖਣਾ ਚਾਹੁੰਦੇ ਨੇ ਜਾਂ ਨਹੀਂ। ਜੇਕਰ ਠੀਕ ਦੇਖਣਾ ਚਾਹੁੰਦੇ ਹੋ ਤਾਂ ਸਾਰਿਆਂ ਨਾਲ ਬਰਾਬਰ ਦਾ ਵਤੀਰਾ ਕਰੋ, ਪੱਤਰਕਾਰ ਨੂੰ ਕੁਆਰੰਟਾਈਨ ਕਰਨ ਦੇ ਨਾਲ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋਣਾ। ਜੇਕਰ ਮੇਰੇ ਕੁਆਰੰਟਾਈਨ ਹੋਣ ਦੇ ਨਾਲ ਸਮੱਸਿਆ ਦਾ ਹੱਲ ਹੁੰਦਾ ਤਾਂ ਮੈਂ 1 ਸਾਲ ਲਈ ਵੀ ਆਪਣੇ ਘਰ ਦੇ ਅੰਦਰ ਰਹਿਣ ਨੂੰ ਤਿਆਰ ਹਾਂ। ਪਰ DC ਸਾਹਿਬ, ਮੇਰੇ ਸ਼ਹਿਰ ਦਾ ਕੁਝ ਸੋਚ ਲਓ, ਮੇਰੇ ਦੇਸ਼ ਦਾ ਕੁਝ ਸੋਚ ਲਓ, ਲੋਕਾਂ ਨੂੰ ਬਚਾ ਲਓ, ਘੱਟੋ ਘੱਟ ਡਾਕਟਰਾਂ ਨੂੰ ਥਰਮਾਮੀਟਰ ਹੀ ਦੇ ਦਿਓ, ਉਹ ਵੀ ਉਸ ਇਲਾਕੇ ਦੇ ਵਿੱਚ ਜਿੱਥੇ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣ ਵੀ ਮਿਲੇ ਨੇ ਅਤੇ ਮਰੀਜ਼ ਪੋਜ਼ਿਟਿਵ ਵੀ ਮਿਲਿਆ। ਹੁਣ ਤੁਹਾਨੂੰ ਇਹ ਵੀ ਦੱਸ ਦਿੰਦਾ ਵਾਂ ਕਿ ਮੈਨੂੰ ਅੰਦਰ ਬੰਦ ਕਰਨ ਵਾਸਤੇ ਆਰਡਰ ਕਿਉਂ ਕੀਤੇ ਗਏ। ਇਹ ਉਹ ਖਬਰਾਂ ਨੇ ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਸਟਮ ਨੂੰ ਐਕਸਪੋਜ਼ ਕੀਤਾ। ਇੱਕ ਤੋਂ ਬਾਅਦ ਇੱਕ ਖਬਰਾਂ ਜਿਸ ਦੇ ਨਾਲ ਸਾਫ਼ ਜ਼ਾਹਿਰ ਹੁੰਦਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਝ ਨਾ ਕੁਝ ਲਕਾ ਰਿਹਾ ਹੈ। ਸਭ ਤੋਂ ਪਹਿਲੀ ਖਬਰ ਕਿ ਜਲੰਧਰ ਦੇ ਵਿੱਚ ਜਿਹੜੀ ਮਰੀਜ਼ ਪੋਜ਼ਿਟਿਵ ਪਾਈ ਗਈ ਸੀ ਉਹਨੇ ਲੰਗਰ ਸੇਵਾ ਕੀਤੀ ਸੀ। ਜੇਕਰ ਦੈਨਿਕ ਮੇਲ ਇਸ ਗੱਲ ਦਾ ਖੁਲਾਸਾ ਨਾ ਕਰਦੀ ਤਾਂ ਪ੍ਰਸ਼ਾਸਨ ਨੂੰ ਕਦੇ ਨਾ ਪਤਾ ਚੱਲਦਾ, ਕਿਉਂਕਿ ਪ੍ਰਸ਼ਾਸਨ ਨੇ ਇੱਕ ਵੱਡਾ ਝੂਠ ਬੋਲਿਆ ਸੀ। ਉਸਨੇ ਤਾਂ ਮੈਡੀਕਲ ਬੁਲੇਟਿਨ ਦੇ ਵਿੱਚ ਇਹ ਜਾਰੀ ਕਰਤਾ ਸੀ ਕਿ ਇਸ ਦੀ ਟਰੈਵਲ ਹਿਸਟਰੀ ਹੈ। ਇਹ ਦੋਵੇਂ ਖਬਰਾਂ ਤੁਸੀਂ ਆਪਣੀਆਂ ਸਕਰੀਨ 'ਤੇ ਦੇਖ ਲਈਆਂ। ਹੁਣ ਇਸ ਦੇ ਇਲਾਵਾ ਵੀ ਤੁਹਾਨੂੰ ਬਾਕੀ ਖਬਰਾਂ ਬਾਰੇ ਵੀ ਦੱਸ ਦਿੰਦਾ, ਕਿਉਂਕਿ ਜਿਹੜੀਆਂ ਟੀਮਾਂ ਇੱਥੇ ਲਾਈਆਂ ਗਈਆਂ ਸੀ ਉਹਨਾਂ ਕੋਲ ਤਾਂ ਥਰਮਾਮੀਟਰ ਤੱਕ ਨਹੀਂ ਸੀ। ਇਸ ਦਾ ਖੁਲਾਸਾ ਵੀ ਅਸੀਂ ਹੀ ਕੀਤਾ। ਇਸ ਖੁਲਾਸੇ ਦੇ ਪਿੱਛੇ ਦਾ ਮਕਸਦ ਕੀ ਸੀ? ਮਕਸਦ ਤਾਂ ਇਹੀ ਸੀ ਕਿ DC ਸਾਹਿਬ ਤੁਸੀਂ ਜਾਗ ਜਾਓ, ਕਿਉਂਕਿ ਤੁਹਾਡੇ ਨਾਲ ਫੋਨ 'ਤੇ ਵੀ ਮੇਰੀ ਗੱਲ ਹੋਈ ਸੀ, ਅਤੇ ਫੋਨ ਦੇ ਉੱਤੇ ਤੁਹਾਡੇ SDM ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ, ਅਤੇ ਹੋਰ ਵੀ ਅਫਸਰਾਂ ਨੂੰ ਮੈਂ ਗੁਹਾਰ ਲਾਈ ਸੀ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਲਓ।
ਪਰ ਉਸ ਗੁਹਾਰ ਦਾ ਨਤੀਜਾ ਤੁਸੀਂ ਜੇਕਰ ਇਹੀ ਸਮਝਦੇ ਹੋ ਕਿ ਮੇਰੇ ਘਰ ਰਹਿਣ ਦੇ ਨਾਲ ਸਭ ਕੁਝ ਠੀਕ ਠਾਕ ਹੋ ਜਾਏਗਾ ਤਾਂ ਮੈਨੂੰ ਮਨਜ਼ੂਰ ਹੈ, ਪਰ ਘੱਟੋ ਘੱਟ ਸਿਹਤ ਸੁਵਿਧਾਵਾਂ ਦੇ ਦਿਓ, ਥਰਮਾਮੀਟਰ ਹੀ ਦੇ ਦਿਓ, ਇਹੀ ਮੇਰੀ ਗੁਹਾਰ ਹੈ। ਫਿਲਹਾਲ ਤੁਸੀਂ ਸੁਣ ਲਵੋ ਕੀ ਕਹਿ ਰਹੇ ਨੇ ਤੁਹਾਡੀ ਟੀਮ ਦੇ ਲੋਕ। ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਜਦੋਂ ਉਹ ਮੈਨੂੰ ਕੁਆਰੰਟਾਈਨ ਕਰਨ ਵਾਸਤੇ ਮੇਰੇ ਘਰ ਪੁੱਜੇ। ਡਰ ਦਾ ਥਰਮਾਮੀਟਰ ਹੈਗਾ ਤੁਹਾਡੇ ਕੋਲ? ਮੈਨੂੰ ਤੁਸੀਂ ਕੁਆਰੰਟਾਈਨ ਕੀਤਾ ਵਾ, ਦੱਸੋ ਵਜ੍ਹਾ ਕੀ ਹੈ ਜੀ ਉਹਦੀ? ਐਕਚੁਅਲੀ ਨਾ ਸਸਪੈਕਟਡ ਕੰਟੈਕਟ ਜਿਹੜੇ, ਸਸਪੈਕਟਡ ਕਿੱਦਾਂ? ਉਹ 70 ਸਾਲ ਦੀ ਲੇਡੀ ਨਾਲ ਮੇਰਾ ਕੀ ਕੰਟੈਕਟ ਹੈ ਤੇ 70 ਸਾਲ ਦੀ ਲੇਡੀ ਕਦੋਂ ਆਈ ਸੀ ਲਾਸਟ ਵਾਰੀ ਇਸ ਮਹੱਲੇ? ਸਰ 70 ਸਾਲ ਦੀ ਲੇਡੀ ਨਾਲ ਮੇਰਾ, ਮੈਂ ਇੱਕ ਜਰਨਲਿਸਟ ਹਾਂ, ਮੈਂ ਤੁਹਾਨੂੰ ਤੁਹਾਡੇ ਸਾਰੇ ਕੰਮ ਜਿਹੜੇ ਤੁਹਾਨੂੰ ਇਨਫੋਰਮੇਸ਼ਨ ਵੀ ਦੇਣਾ, ਤੁਹਾਨੂੰ ਐਕਸਪੋਜ਼ ਵੀ ਕਰਦਾ ਪਿਆ। ਮੈਨੂੰ ਦੱਸੋ ਕਿ ਮੇਰਾ ਕੀ ਕੰਟੈਕਟ 70 ਸਾਲ ਦੀ ਲੇਡੀ ਨਾਲ? ਕੋਈ ਜਾਂ ਤਾਂ ਜਵਾਬ ਦਿਓ ਨਾ ਮੈਨੂੰ ਕਿ ਮੇਰਾ ਕੋਈ ਕੰਟੈਕਟ ਹੈ ਉਸ ਲੇਡੀ ਦੇ ਨਾਲ। ਸਸਪੈਕਟਡ, ਕਿਉਂਕਿ ਫੰਕਸ਼ਨ ਸੀਗਾ ਉਹਦੇ ਵਿੱਚ। ਸਰ ਫੰਕਸ਼ਨ 'ਚ ਮੈਂ ਉੱਥੇ ਗਿਆ, ਮੇਰੀ ਕੋਈ ਫੋਟੋ ਹੈਗੀ ਕਿਸੇ ਕੋਲ ਕਿ ਮੈਂ ਉਸ ਫੰਕਸ਼ਨ 'ਚ ਸੀਗਾ? ਮੈਨੂੰ ਦੱਸੋ। ਇਹ ਤੁਸੀਂ ਧੱਕਾ ਕਰਦੇ ਪਏ 100%, ਕਿਉਂਕਿ ਤੁਹਾਡੇ ਕੋਲ ਨਾ ਥਰਮਾਮੀਟਰ ਹੈ। ਤੁਸੀਂ 3 ਦਿਨਾਂ ਦੇ ਕਰਦੇ ਕਿ ਕਿੰਨੇ ਬੰਦਿਆਂ ਨੇ ਬੁਖਾਰ ਚੈੱਕ ਕੀਤੇ ਇੱਥੇ? ਮੈਂ 11 ਬੰਦੇ ਤੁਹਾਨੂੰ ਭਜਵਾਏ, ਤੁਸੀਂ 10 ਬੰਦੇ ਵਾਪਸ ਭੇਜਤੇ, ਇੱਕ ਨੂੰ ਰੱਖਿਆ ਅੱਧੇ ਘੰਟੇ ਬਾਅਦ, ਉਹਨੂੰ ਭੇਜਤਾ, ਉਹ ਕਹਿੰਦਾ ਮੇਰਾ ਬੁਖਾਰ ਚੈੱਕ ਕਰੋ, ਤੁਹਾਡੇ ਕੋਲ ਥਰਮਾਮੀਟਰ ਹੈ ਨਹੀਂ। ਧੱਕਾ ਵਾ ਤੁਹਾਡਾ? ਨਹੀਂ, ਤੁਸੀਂ ਮੈਨੂੰ ਐਜ਼ ਏ ਜਰਨਲਿਸਟ ਇਸ ਕਰਕੇ ਤੁਸੀਂ ਮੈਨੂੰ ਡੱਕ ਦਿੱਤਾ ਕਿਉਂਕਿ ਮੈਂ ਤੁਹਾਡੇ ਕੰਮ ਜਿਹੜੇ ਬਾਹਰ ਕੱਢਦਾ ਪਿਆ, ਕਿਉਂ ਕੀਤਾ ਜੀ ਦੱਸੋ ਮੈਨੂੰ? ਸਰ ਮੇਰਾ ਨਾਮ ਵਿੱਚ ਕਿਉਂ ਲਿਖਿਆ ਗਿਆ ਮੈਨੂੰ ਦੱਸੋ। ਮੈਨੂੰ, ਮੈਂ ਉਹ ਲੇਡੀ ਦੇ ਕੰਟੈਕਟ 'ਚ ਸੀਗਾ, ਕੋਈ ਪ੍ਰੂਫ ਹੈਗਾ ਕਿਸੇ ਕੋਲ? ਮੈਂ ਤਾਂ ਜਾਣਦਾ ਵੀ ਅੱਜ ਤੱਕ ਦੇਖੀ ਨਹੀਂ ਲੇਡੀ ਨੂੰ। ਪਬਲਿਕ ਸੇਫਟੀ ਵਾਸਤੇ ਹੈ। ਸਰ ਮੈਨੂੰ ਗੱਲ ਦਾ ਜਵਾਬ ਦਿਓ, ਮੈਂ ਜਿਹੜੇ ਨਾਮ ਦਿੱਤੇ ਸੀ ਤੁਹਾਨੂੰ ਉਹ ਨਾਮਾਂ ਦੇ ਵਿੱਚੋਂ ਇੱਕ ਕੁਆਰੰਟਾਈਨ ਨਹੀਂ ਹੋਇਆ? ਜਿਹੜੇ ਬੰਦੇ ਬਿਲਕੁਲ ਕਲੋਜ਼ ਕੰਟੈਕਟ ਦੇ ਵਿੱਚ ਸੀ, ਮੈਨੂੰ ਕਿਉਂ ਕੀਤਾ? ਡਾਕਟਰ ਸਾਹਿਬ, ਆਪਾਂ ਪ੍ਰੋਫੈਸ਼ਨ ਨੂੰ ਇਮਾਨਦਾਰੀ ਨਾਲ ਨਿਭਾਈਏ, ਆਪਾਂ ਗਲਤ ਕਰ ਰਹੇ ਹਾਂ। ਤੁਸੀਂ ਇੰਨੇ ਦਿਨ ਦੇ ਇੱਕ ਘਰ ਨਹੀਂ ਵੜੇ ਮੇਰੇ ਘਰ, ਅੱਜ ਤੁਸੀਂ ਪਹਿਲੀ ਵਾਰ ਆਏ ਹੋ। ਦੱਸੋ ਕਿੰਨੀ ਵਾਰੀ ਆਏ ਹੋ ਮੇਰੇ ਘਰ? ਇਮਾਨਦਾਰੀ ਨਾਲ ਦੱਸਿਓ, ਤੁਹਾਨੂੰ 3 ਦਿਨ ਹੋ ਗਏ ਆ। ਡਾਕਟਰ ਸਾਹਿਬ ਟੀਮ ਛੱਡੋ, ਆਸ਼ਾ ਵਰਕਰ ਆ ਰਹੇ, ਆਸ਼ਾ ਵਰਕਰ ਮੈਡੀਕਲ ਟੀਮ ਨੇ, ਕਿ ਤੁਸੀਂ ਕਿੰਨੀ ਵਾਰੀ ਮੇਰੇ ਘਰ ਆਏ ਹੋ ਮੈਨੂੰ ਦੱਸੋ। ਮਹੱਲੇ ਦਾ ਇੱਕ ਵੀ ਬੰਦਾ ਮਰ ਗਿਆ ਜਾਂ ਕਿਸੇ ਨੂੰ ਕੋਈ ਹੋਰ ਹੋ ਗਿਆ ਤੇ ਤੁਸੀਂ ਵੀ ਜ਼ਿੰਮੇਵਾਰ ਹੋ, ਡੀ ਸੀ ਸਾਹਿਬ ਦਾ ਨਾਲ ਜ਼ਿੰਮੇਵਾਰ ਹੈਗਾ ਹੀ ਹੈ। ਥੋੜ੍ਹੀ ਜਿਹੜਾ ਬੰਦਾ ਐਕਸਪੋਜ਼ ਕਰਦਾ, ਤੁਸੀਂ ਚੱਕ ਕੇ ਮੇਰੇ ਘਰ ਦੇ ਬਸ ਸਟੀਕਰ ਲਾਤਾ।